بسم اللہ الرحمن الرحیم میرا نام محمد شہزاد ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਡਿਜੀਟਲ ਕਾਉ ਫਾਰਮਿੰਗ ਸਾਰਿਆਂ ਦੋਸਤਾਂ ਭਰਾਵਾਂ ਨੂੰ ਮੇਰੀ ਤਰਫੋਂ ਸਲਾਮ ਅਲੈਕੁਮ ਅੱਜ ਅਸੀਂ ਭਰਾਵਾਂ ਨੂੰ ਗਾਂ ਦਿਖਾਉਣੀ ਆ ਪਹਿਲਾ ਸੂਆ ਬੱਚੀ ਸੂਈ ਆ ਬੱਚੀ ਦਿੱਤੀ ਆ ਗਾਈ ਨੇ ਵੜੀ ਨੇ ਤੇ ਜਦਾਂ ਕਿ ਸਾਰਿਆਂ ਭਰਾਵਾਂ ਨੂੰ ਪਤਾ ਕਿ ਮੈਂ ਇਸ ਗੱਲ ਤੇ ਜ਼ੋਰ ਦੇਣਾ ਕਿ ਪੇਲਣਾਂ ਦੀ ਨਿਸ਼ਬਤ ਗਾਈਆਂ ਰੱਖੋ ਟੋਕਰ ਟੋਕਰ ਗਾਈਆਂ ਨੂੰ ਸਿਮਰ ਖਾਓ ਜਾਂ ਕਰਾਸ ਕਰਾਓ ਉਹ ਤੁਸੀਂ ਲਿਆ ਕੇ ਸਵਾਓ ਉਹ ਜਿਹੜੀਆਂ ਪੇਲਣ ਗਾਈਆਂ ਦੀ ਨਿਸ਼ਬਤ ਉਹਨਾਂ ਦੇ ਵਿੱਚ ਮੇਰੀ ਹਰ ਵੀਡੀਓ ਦਾ ਮਕਸਦ ਇਹ ਹੁੰਦਾ ਜਿਹੜੀ ਮੈਂ ਗਾਈ ਤੇ ਬਣਾਵਾ ਪੇਲਣ ਵੱਛੀ ਤੇ ਬਣਾਵਾ ਉਹਦਾ ਮਕਸਦ ਇਹ ਹੁੰਦਾ ਕਿ ਉਹਦੇ ਮਤਲਬਕ ਭਰਾਵਾਂ ਨੂੰ ਹਰ ਉਹਦੇ ਤੋਂ ਹੋਣ ਵਾਲੀ ਜਿਹੜੀ ਖਾਮੀ ਕਤਾਈ ਆ ਉਹਦੇ ਤੋਂ ਭਰਾਵਾਂ ਨੂੰ ਅਗਾਹ ਕਰਾਂ ਮਕਸਦ ਇਹ ਕਿ ਜਿਹੜੇ ਭਰਾ ਮਤਲਬ ਪਹਿਲਣਾ ਵਛੀਆਂ ਲੈਂਦੇ ਨੇ ਉਹ ਵਛੀਆਂ ਨਾ ਖਰੀਦਣ ਉਹ ਗਾਇਆਂ ਖਰੀਦਣ ਤੋਕੜ ਉਹਨਾਂ 'ਚ ਸੀਮਨ ਰਖਾਉਣ ਜਾਂ ਉਹਨਾਂ ਨੂੰ ਬੁੱਲਕੋ ਕ੍ਰਾਸ ਕਰਾਉਣ ਕਿਉਂ ਕ੍ਰਾਸ ਕਰਾਉਣ ਕਿਉਂ ਉਹਦੇ ਕੋਲੋਂ ਬੱਚਾ ਲੈਣ ਪਹਿਲਣਾ ਦੇ ਨਿਸ਼ਬਦ ਤੇ ਇਸ ਤੋਂ ਕਿ ਇੱਕ ਤੇ ਜਿਹੜੀਆਂ ਇਹ ਜਿਸ ਟਾਈਮ ਸੁੰਦੀਆਂ ਨੇ ਬੱਚੇ ਨੂੰ ਜਿਹੜਾ ਦੁੱਧ ਪਲਾਉਣਾ ਉਹ ਤੋਂ ਜਿਹੜੇ ਬੰਦੇ ਅਣਜਾਣ ਆ ਉਹਨਾਂ ਨੂੰ ਇਹ ਕਮੀ ਕਤਾਈ ਜਿਹੜੀ ਇਹਨਾਂ ਵਾਦੇ ਘਾਟੇ ਹੁੰਦੇ ਆ ਢੇਰ ਸਾਰੀਆਂ ਇਹਦੇ ਵਿੱਚ ਹੁੰਦੀਆਂ ਦੂਸਰੇ ਨੰਬਰ ਤੇ ਕੁਝ ਅੱਜਕੱਲ ਮੌਸਮ ਇਹਦਾ ਚ ਐਸਾ ਚੱਲ ਰਿਹਾ ਕਿ ਪੂਰੇ ਪਾਕਿਸਤਾਨ ਦੇ ਵਿੱਚ ਸਾਰਿਆਂ ਭਰਾਵਾਂ ਨੂੰ ਪਤਾ ਕਿ بارشਾਂ ਹੋ ਰਹੀਆਂ ਮੌਸਮ ਜਦੋਂ ਸੁਖ ਪੁਕਾ ਹੋਵੇ ਮੌਸਮ ਸਾਫ਼ ਸੁਥਰਾ ਹੋਵੇ ਫਿਰ ਜਨਵਰ ਨੂੰ ਸੰਭਣਾ ਖਾਸ ਕਰ ਪੇਲਣ ਵਛੀ ਨੂੰ ਜਿਹੜਾ ਉਹ ਆਸਾਨ ਹੈ ਤੇ ਜਦਕਿ ਇਸ ਮੌਸਮ ਦੇ ਵਿੱਚ ਸੰਭਣਾ ਬੜਾ ਮੁਸ਼ਕਲ ਆ ਇਹ ਹੁਣ ਤੁਸੀਂ ਦੇਖ ਰਹੇ ਹੋ ਕਿ ਰਾਤ ਦੀ ਗਾਂ ਹੀ ਸੂਈ ਆ ਬੱਚੇ ਨੂੰ ਹੱਲੇ ਦੁੱਧ ਨਹੀਂ ਇਹਨੇ ਪਰ ਪੀਣ ਦਿੱਤਾ ਅਸੀਂ ਇਹਨੂੰ ਵੈਸੇ ਬੱਚੀ ਨੂੰ ਫੜ ਕੇ ਬੰਨ ਕੇ ਫੀਡਰ ਦੇ ਨਾਲ ਦੁੱਧ ਪਲਾਇਆ ਜਿਹੜਾ ਵੀ ਪਲਾਇਆ ਹੁਣ ਅਸੀਂ ਇਹਨੂੰ ਵੀਡੀਓ ਬਣਾਉਣ ਵਾਸਤੇ ਬੱਚੀ ਸੂਈ ਸੀ ਮੈਂ ਕਿਹਾ ਭਰਾਵਾਂ ਨੂੰ ਕਿ ਦਿਖਾਈਏ ਗਾਈ ਕੱਢ ਕੇ ਬਾਹਰ ਕਿ ਮਾਸ਼ਾਅੱਲਾ ਚੱਡਾ ਬੜਾ ਖੂਬਸੂਰਤ ਬਣਾਇਆ ਪਹਿਲਣ ਵੜਾ ਬਹੁਤ ਅੱਛਾ ਠੀਕ ਠਾਕ ਸੂਪਈ ਆ ਦੂਸਰੇ ਨੰਬਰ ਦੇ ਉੱਤੇ ਕੁਝ ਭਰਾ ਜਿਹੜੇ ਆ ਉਹ ਜਦੋਂ ਗਾਈਆਂ ਸੁੰਦੀਆਂ ਇਸ ਮੌਸਮ ਦੇ ਅੰਦਰ ਗਾਈਂ ਸੂਵੇ ਮੱਝ ਸੂਵੇ ਉਹ ਕਹਿੰਦੇ ਆ ਕਿ ਜੇਰ ਨਹੀਂ ਸੋੜਦੀਆਂ ਜੇਰ ਕਿਉਂ ਨਹੀਂ ਸੋੜਦੀਆਂ ਮੌਸਮ ਠੰਡਾ ਹੁੰਦਾ ਏ ਉਹਦਾ ਤਰੀਕਾ ਕਰਿਆ ਆ ਕਿ ਕੁਝ ਜਿਹੜੇ ਆ ਉਤੋਂ ਪਹਿਲੋਂ ਜਦੋਂ ਪਤਾ ਲੱਗੇ ਕਿ ਗਾਈਂ ਸੂਣ ਵਾਲੀ ਆ ਕੁਝ ਭਰਾ ਜਿਹੜੇ ਆ ਉਹ ਟੀਕਾ ਲਾ ਲੈਂਦੇ ਆ ਮਤਲਬ ਕਿ ਜੇਰ ਟਾਈਮ ਨਾਲ ਸੋਟ ਲਵੇ ਕੁਝ ਭਰਾ ਜਿਹੜੇ ਆ ਸੂਣ ਤੋਂ ਬਾਅਦ ਜੇਰ ਵਾਲੀਆਂ ਪੁੜੀਆਂ ਦੇ ਲੈਂਦੇ ਆ ਕੁਝ ਭਰਾ ਜਿਹੜੇ ਆ ਉਹ ਜਿਹੜੀਆਂ ਆਪਣਾ ਪੈਨਾਡਾਲ ਗੋਲੀਆਂ ਨੇ ਉਹ ਪੱਤਾ ਦੇ ਕੇ ਆਪਣਾ ਗਰਮ ਪਾਣੀ ਦੇ ਵਿੱਚ ਜਾਂ ਚਾਹ ਦੇ ਵਿੱਚ ਪਾ ਕੇ ਉਹ ਦੇ ਦਿੱਤਾ ਉਹ ਕਿਉਂ ਇਹ ਦਿੰਦੇ ਆ ਕਿਉਂ ਇਹ ਜ਼ਰੂਰਤ ਪੈਂਦੀ ਆ ਜਦੋਂ ਜਾਨਵਰ ਤੁਹਾਡਾ ਜਿਹੜਾ ਕਮਜ਼ੋਰ ਹੁੰਦਾ ਜਾਂ ਜਾਨਵਰ ਜਿਹੜਾ ਠੰਡ ਮਹਿਸੂਸ ਕਰਦਾ ਠੰਡ ਦੀ ਵਜ੍ਹਾ ਤੋਂ ਉਹ ਜਾਨਵਰਾਂ ਨੂੰ ਦੇਣ ਦੀ ਜ਼ਰੂਰਤ ਪੈਂਦੀ ਆ ਜਦੋਂ ਜਾਨਵਰ ਸੂਣ ਤੋਂ ਪਤਾ ਲੱਗ ਜਾਵੇ ਭਰਾ ਨੂੰ ਜਿਹੜੇ ਭਰਾਵਾਂ ਦੇ ਕੋਲ ਜਾਨਵਰ ਦੀ ਆਪਣਾ ਡੇਟ ਟਾਈਮ ਲਿਖਿਆ ਹੁੰਦਾ ਹੈ ਜਦੋਂ ਕ੍ਰਾਸ ਹੁੰਦਾ ਹੈ ਉਹ ਭਰਾ ਇਹ 5-7 ਦਿਨ ਜਨਵਾਰ ਨੂੰ ਇਸ ਮੌਸਮ ਦੇ ਅੰਦਰ ਪਹਿਲੋਂ ਬਾਹਰ ਕੱਢ ਕੇ ਉਹਦਾ ਜਿਹੜਾ ਇhtiyati tadabir ਉਹ ਲਾਜ਼ਮੀ ਕਰਨਾ ਇhtiyati tadabir ਵੀ ਇਹ ਆ ਕਿ ਵੰਡਾ ਨੂੰ ਜਿਹੜਾ ਨਾ ਉਹ ਡੇਲੀ ਪਾਇਆ ਜਾਵੇ 2-3 ਕਿਲੋ ਜਨਵਰ ਦੀ ਅਗਰ ਜੇ ਹੈ ਨਾ ਸੈਟਅਪ ਮਤਲਬ ਫਿਟਾ ਪੂਰਾ ਆਪਣੇ ਜਸਮਾਨੀ ਲਿਹਾਜ਼ ਨਾਲ ਤੇ ਹਰ ਚੀਜ਼ ਦੇ لحاظ ਨਾਲ ਫਿੱਟਾ ਤੰਦਰੁਸਤਾ ਫਿਰ ਜਨਵਰ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਪੈਂਦੀ ਬਿਲفرض ਜਨਵਰ ਅਗਰ ਕਮਜ਼ੋਰ ਆ ਜ਼ਰੂਰਤ ਪਵੇ ਤੇ ਉਹਦੀ ਕੋਸ਼ਿਸ਼ ਇਹ ਕੀਤੀ ਜਾਵੇ ਕਿ ਜਨਵਰ ਜਿਹੜਾ ਉਹਨੂੰ ਸੂਣ ਤੋਂ ਬਾਅਦ ਗਰਮ ਰੱਖਿਆ ਜਾਵੇ ਜਿੱਦਾਂ ਜਨਵਰ ਸੂਂਦਾ ਹੈ ਸੂਕ ਜਨਵਰ ਦਸਤੀ ਠੰਡ ਮਹਿਸੂਸ ਕਰਦਾ ਏ ਉਹਨੂੰ ਗਰਮ ਰੱਖਿਆ ਜਾਵੇ ਹੀਟ ਚ ਰਵੇ ਉਹਦਾ ਜਿਸਮ ਉਹਦਾ ਕੀ ਤਰੀਕਾ ਕਰ ਏ ਕਿ ਅੱਜ ਕੱਲ ਜਾਨਵਰ ਜਦੋਂ ਸੂਏ ਪਹਿਲੇ ਨੰਬਰ ਤੇ ਉਹਦਾ ਬੋਲਾ ਜਿਹੜਾ ਉਹ 2 ਦਿਨ ਸਾਰੀ ਉਹਨੂੰ ਸਾਫ਼ ਨਾ ਕੀਤੀ ਜਾਵੇ ਠੀਕ ਹੈ 2 ਦਿਨ ਸਾਰੀ ਉਹਦੀ ਚਵਾਈ ਜਿਹੜੀ ਉਹ ਨਾ ਕਰਨ ਉਹਨੀ ਚਵਾਈ ਕਰਨ ਜਿੰਨੀ ਬੱਚਾ ਪੀ ਲਵੇ ਜਾਂ ਥਣ ਜਿਹੜੇ ਉਹਨਾਂ ਦੇ ਵਿੱਚੋਂ ਕੋਈ ਪਾਇਆ ਪਾਇਆ ਦਦਾ ਕਿਲੋ ਦੁੱਧ ਕੱਢ ਲਵੇ ਯਾਨੀ ਕਿ ਦੂਸਰਾ ਹਿੱਸਾ ਦੁੱਧ ਦਾ ਜਿਹੜਾ ਥਣਾਂ ਦੇ ਵਿੱਚ ਰੱਖਣਾ ਲਾਜ਼ਮੀ ਆ ਉਸ ਤੋਂ ਬਾਅਦ ਅਗਰ ਜਾਨਵਰ ਫੇਰ ਨਹੀਂ ਜੇਰ ਸੁੱਟਦਾ ਜਾਂ ਐਸਾ ਕੋਈ ਮਤਲਬ ਪਹਿਲਾ ਮرحله ਤੇ ਇਹ ਨਾ ਜੇਰ ਵਾਲਾ ਅਗਰ ਨਹੀਂ ਜਾਨਵਰ ਜੇਰ ਸੁੱਟ ਰਿਹਾ ਉਹਨੂੰ ਦੁੱਧ ਤੇ ਅੰਡੇ ਸੂਣ ਤੋਂ ਪਹਿਲਾਂ ਹੀ ਕੋਸ਼ਿਸ਼ ਕਰਨੀ ਚਾਹੀਦੀ ਆ ਕਿ 6 ਅੰਡੇ ਜਾਨਵਰ ਅਗਰ ਸੈਟਾ 6 ਅੰਡੇ ਤੇ ਦੁੱਧ ਜਿਹੜਾ ਕਿਲੋ ਉਹਨੂੰ ਜਾਨਵਰ ਨੂੰ ਦੇ ਦੇਣਾ ਚਾਹੀਦਾ ਉਹਦੇ ਨਾਲ ਜਾਨਵਰ ਦੇ ਇੱਕ ਜਿਸਮ 'ਚ ਤਾਕਤ ਰਹੇਗੀ ਦੂਸਰੇ ਨੰਬਰ ਦੇ ਉੱਤੇ ਜਾਨਵਰ ਜਿਹੜਾ ਉਹ ਜੇਰ ਟਾਈਮ ਦੇ ਨਾਲ ਆਪੇ ਸੁੱਟ ਜਾਏਗਾ ਕੁਝ ਭਰਾ ਸਾਡੇ ਪੁੱਛਦੇ ਆ ਕਿ ਜੇਰ ਸੁੱਟਣੀ ਕਿੰਨੀ ਦੇਰ ਦੇ ਅੰਦਰ ਜ਼ਰੂਰੀ ਆ ਜੇਰ ਜਨਵਰ ਨੂੰ 3 ਘੰਟੇ ਜ਼ਿਆਦਾ ਤੋਂ ਜ਼ਿਆਦਾ ਜਨਵਰ ਜਿਹੜਾ ਜੇਰ ਨਹੀਂ ਸੁੱਟਦਾ ਉਹਨੂੰ ਸਮਝ ਲਓ ਕਿ ਕੋਈ ਫਰਕ ਆ ਉਹਨੂੰ ਕੋਈ ਕਿਸੇ ਕਿਸਮ ਦੀ ਹੈ ਆ ਪ੍ਰੋਬਲਮ ਇਸ ਵਾਸਤੇ ਜਨਵਰ ਨੂੰ 3 ਘੰਟੇ ਦੇ ਅੰਦਰ ਅੰਦਰ ਜੇਰ ਸੁੱਟਣਾ ਲਾਜ਼ਮੀ ਆ ਐਸੀ ਸਾਡਾ ਵੀਡੀਓ ਬਣਾਉਣ ਦਾ ਮਕਸਦ ਵੀਡੀਓ ਅਸੀਂ ਗਨ ਵੱਛੀ ਨੂੰ ਬਾਹਰ ਕੱਢ ਕੇ ਗਾਈ ਨੂੰ ਬਾਹਰ ਬਣਾਉਣ ਦਾ ਬਾਹਰ ਗਾਰਾ ਇਹ ਸਾਡੀ ਵੱਛੀ ਕੱਲ ਦੀ ਅੰਦਰ ਹੀ ਐ ਬਣਾਉਣ ਦਾ ਮਕਸਦ ਇਹ ਸੀ ਕਿ ਭਰਾਵਾਂ ਤੱਕ ਕੋਈ ਮਾਲੂਮਾਤ ਕੋਈ ਨਾ ਕੋਈ ਪਹੁੰਚ ਜਾਵੇ ਤੇ ਇਨਸ਼ਾਅੱਲਾਹ ਤਾਲਾ ਦੋਵਾਂ ਨੂੰ ਯਾਦ ਰੱਖਿਓ ਵੀਡੀਓ ਅੱਛੀ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਯਾਰਾਂ ਦੋਸਤਾਂ ਨਾਲ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਿਆ ਕਰੋ ਲਾਜ਼ਮੀ ਕਰਿਆ ਕਰੋ ਕਿਉਂਕਿ ਸਾਡੀ ਵੀਡੀਓ ਦਾ ਮਕਸਦ ਭਰਾਵਾਂ ਤੱਕ ਕਿਸੇ ਕਿਸਮ ਦੀ ਕੋਈ ਨਾ ਕੋਈ ਅਗਾਈ ਜਿਹੜੀ ਹੈ ਡੇਲੀ ਬੇਸਿਸ ਤੇ ਪਹੁੰਚਦੀ ਰਹੇ ਤੇ ਸਾਰੇ ਭਰਾ ਆਪਣਾ ਖਿਆਲ ਰੱਖਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਾਰੇ ਭਰਾਵਾਂ ਨੂੰ ਮੇਰੀ ਤਰਫੋਂ ਅਸਲਾਮੁਅਲੈਕੁਮ ਵਰਹਮਤੁਲਲਾਹ ਵਬਰਕਾਤੁਹੂ